ਸਤਿ ਸ੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਦੋਸਤੋ, ਪੰਜਾਬ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਰੋਸ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਦੇ ਵਿੱਚ ਪੈਨਸ਼ਨਰਾਂ ਨੇ ਹੁਣ ਸਿਵਲ ਸਰਵਿਸ ਰੂਲ 11.1 ਨੂੰ ਲੈ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ ਹੈ। ਪੰਜਾਬ ਸਿਵਲ ਸਰਵਿਸ ਰੂਲ 11.1 ਨੂੰ ਚੈਲੰਜ ਕੀਤਾ ਜਾ ਰਿਹਾ ਹੈ। ਕੀ ਹੈ ਇਹ ਪੂਰੀ ਖਬਰ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਵੀਡੀਓ ਪੂਰੀ ਦੇਖਿਓ, ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਸ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੰਜਾਬ ਦੇ ਵਿੱਚ ਅੱਜ ਸੈਂਕੜੇ ਪੈਨਸ਼ਨਰ ਨੇ ਜੋ ਪੰਜਾਬ ਸਿਵਲ ਸਰਵਿਸ ਰੂਲ 11.1 ਨੂੰ ਚੈਲੰਜ ਕਰ ਰਹੇ ਨੇ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਅਤੇ ਉਸ ਪਟੀਸ਼ਨ ਨੂੰ ਲੈ ਕੇ ਪੈਨਸ਼ਨਰਸ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ ਅਤੇ ਸਿਵਲ ਸਰਵਿਸਿਜ਼ ਰੂਲ 11.1 ਨੂੰ ਚੈਲੰਜ ਕਰ ਰਹੇ ਨੇ। ਕੀ ਹੈ ਇਹ ਰੂਲ, ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਜਦੋਂ ਇੱਕ ਕਰਮਚਾਰੀ ਸੇਵਾ ਮੁਕਤ ਹੁੰਦਾ ਹੈ ਤਾਂ ਉਸ ਨੂੰ ਜੋ ਰਿਟਾਇਰ ਹੋਣ ਤੇ, ਜੋ ਸੇਵਾ ਮੁਕਤ ਹੋਣ ਤੇ ਉਸ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ, ਤੋ ਇਸ ਰੂਲ ਦੇ ਮੁਤਾਬਕ ਇਸ ਪੈਨਸ਼ਨ ਤੇ ਇੱਕ ਆਪਸ਼ਨ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਪੈਨਸ਼ਨ ਦਾ ਕੁਝ ਹਿੱਸਾ ਐਡਵਾਂਸ ਲੈ ਸਕਦਾ ਹੈ। ਨਿਜ਼ਮ ਦੀ ਗੱਲ ਕਰੀਏ ਤਾਂ 40% ਹਿੱਸਾ ਪੈਨਸ਼ਨ ਦਾ ਇੱਕ ਸੇਵਾ ਮੁਕਤ ਕਰਮਚਾਰੀ ਲੈ ਸਕਦਾ ਹੈ। ਇਹ 33%, 40%, 30%, 20% ਵੀ ਹੋ ਸਕਦਾ ਹੈ ਜੋ ਕਿ ਐਡਵਾਂਸ ਲਿੱਤਾ ਜਾ ਸਕਦਾ ਹੈ ਔਰ ਬਾਅਦ ਵਿੱਚ ਇਸ ਐਡਵਾਂਸ ਲਿੱਤੇ ਪੈਸੇ ਨੂੰ ਕਿਸ਼ਤਾਂ ਚ ਸਰਕਾਰ ਨੂੰ ਵਾਪਸ ਕਰਨਾ ਹੁੰਦਾ ਹੈ ਔਰ ਇਹ ਨਿਜ਼ਮ ਹੀ ਕਹਿੰਦਾ ਹੈ ਕਿ ਇਹ ਪੈਸਾ ਜੋ ਤੁਸੀਂ ਐਡਵਾਂਸ ਲਿਆ ਇਸ ਨੂੰ 15 ਸਾਲਾਂ ਚ ਤੁਸੀਂ ਹਰ ਮਹੀਨੇ ਆਪਣੀ ਪੈਨਸ਼ਨ ਚ ਕਟੌਤੀ ਦੇ ਰੂਪ ਵਿੱਚ ਸਰਕਾਰ ਨੂੰ ਵਾਪਸ ਕਰੋਗੇ। ਇਸੇ ਨਿਜ਼ਮ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਸੇਵਾ ਮੁਕਤ ਕਰਮਚਾਰੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਹੈ ਅਤੇ ਮੰਗ ਕਰ ਰਹੇ ਨੇ ਕਿ ਇਹ ਨਿਜ਼ਮ ਸਹੀ ਨਹੀਂ ਹੈ ਕਿਉਂਕਿ ਜੇਕਰ ਕਿਸੇ ਕਰਮਚਾਰੀ ਦੀ ਜੋ ਵੀ ਉਹ ਐਡਵਾਂਸ ਰਕਮ ਪ੍ਰਾਪਤ ਕਰਦਾ ਹੈ ਉਸਦੀ ਕਟੌਤੀ ਦਾ ਜੋ ਸਮਾਂ 15 ਸਾਲ ਹੈ ਉਹ ਜ਼ਿਆਦਾ ਸਮਾਂ ਹੈ ਕਿਉਂਕਿ ਲਗਭਗ 11 ਸਾਲ ਤੋਂ ਲੈ ਕੇ 6 ਮਹੀਨੇ ਤੱਕ ਇਹ ਹਿੱਸਾ, ਇਹ ਰਕਮ ਜੋ ਉਹ ਐਡਵਾਂਸ ਲੈਂਦਾ ਹੈ ਉਹ ਰਿਕਵਰ ਹੋ ਜਾਂਦੀ ਹੈ। ਸੋ ਇਹ 15 ਸਾਲਾਂ ਤੱਕ ਕਟੌਤੀ ਜੋ ਕੀਤੀ ਜਾਂਦੀ ਹੈ ਕਿਸੇ ਪੈਨਸ਼ਨਰ ਦੀ ਪੈਨਸ਼ਨ ਦੇ ਵਿੱਚੋਂ ਇਹ ਸਹੀ ਨਹੀਂ ਹੈ। ਸੋ ਇਸ ਪਟੀਸ਼ਨ ਤੋਂ ਬਾਅਦ ਬਹੁਤ ਸਾਰੇ ਐਸੇ ਕਰਮਚਾਰੀ ਨੇ, ਐਸੇ ਰਿਟਾਇਰਡ ਕਰਮਚਾਰੀ ਨੇ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕਰ ਰਹੇ ਨੇ, ਇਸ ਪਟੀਸ਼ਨ ਦੇ ਨਾਲ ਮੰਗ ਕਰ ਰਹੇ ਨੇ ਕਿ ਇਹ ਰਿਕਵਰੀ 11.5 ਸਾਲਾਂ ਚ ਕੰਪਲੀਟ ਹੋ ਜਾਂਦੀ ਹੈ, ਇਸ ਲਈ ਇਸਦੀ ਕਟੌਤੀ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਇੱਕ ਵਾਰ ਇਸ ਪੈਨਸ਼ਨ ਦੀ ਕਟੌਤੀ ਜਿਹੜੀ ਕੀਤੀ ਜਾਂਦੀ ਹੈ ਉਹ ਬੰਦ ਕਰ ਦਿੱਤੀ ਹੈ। ਹਾਲਾਂਕਿ ਹਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਈ ਫਾਈਨਲ ਡਿਸੀਜਨ ਜਿਹੜਾ ਹੈਗਾ ਉਹ ਨਹੀਂ ਦਿੱਤਾ, ਲੇਕਿਨ ਇੱਕ ਰੋਕ ਜਿਹੜੀ ਹੈਗੀ ਹੈ ਉਹ ਇਹਨਾਂ ਦੀ ਕਟੌਤੀ ਤੇ ਲਗਾ ਦਿੱਤੀ ਗਈ ਹੈ। ਇਹ ਸੀ ਅੱਜ ਦੀ ਵੱਡੀ ਖਬਰ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।